ਸੇਠ ਹਰਿਆਣਾ ਦੇ ਸਟਨਰ ਸੁਣਨ ਵਾਲਿਆਂ ਦਾ ਬਾਈ ਜੁਗਾੜੀ ਪੱਤਰਕਾਰ ਪਵਨ ਗਿੱਲ ਜੀ ਰਾਮ ਰਾਮ। ਪੱਖ ਦੇਖਣ ਦਾ ਲੱਗ ਰਹੇ ਹੋ 13% ਵਾਲਾ ਵਿਕਾਸ ਹੈ ਜੀ। ਮੌਕਾ ਵੀ ਮੰਤਰੀ ਹੈਡ ਦਾ ਦਵਿੰਦਰ ਬਬਲੀ ਜਿਸ ਪੈ ਨੂੰ ਜੋ ਨੂੰ ਕਹਾ ਕਰਦਾ ਨੂੰ ਮੈਂ ਸੁਹਾਣਾ ਖਾਤਰ ਨੂੰ ਕਰੂੰਗਾ ਨਿਆਰੇ ਨਿਆਰੇ ਮਾਡਲ ਲਿਆ ਕਰਦਾ ਨੂੰ ਮੈਂ ਉਹ ਕੰਮ ਕਰ ਦਿਆ ਮੈਂ ਯੂ ਕਰ ਦਿਆ ਇਹ ਵੀ ਕਹਾ ਹੈ ਮੌਕਾ ਵੀ ਨੂੰ ਮੌਕਾ ਵਿਕਾਸ ਕਰੀਏ ਵਿਕਾਸ ਜੋ ਰਿਹਾ ਦੇਖ ਲਿਓ ਬੜੀ ਤਸੱਲੀ ਦਾ ਗੋਡਾ ਗੋਡਾ ਪਾਣੀ ਹੈ ਗੋਡਾ ਗੋਡਾ ਦੇ ਵੀ ਉੱਪਰ ਜਾਗ ਰਤੀਆ ਰੋਡ ਪੇ ਵਿਕ ਜਾ ਮਾਣਸ ਡੁੱਬਣ ਦਾ ਖਤਰਾ ਹੈ ਕਿਸ਼ਤੀਆਂ ਦਾ ਵੀ ਤੁਹਾਡਾ ਸਾਰ ਹੈ ਜੋ ਕਰੋਸ ਨਹੀਂ ਹੋਗਾ ਐਸਾ ਕੰਮ ਹੋ ਰਿਹਾ ਹੈ ਰੋਜ਼ ਰੁਕ ਕੇ ਮੈਂ ਰਹਿਦਾ ਮੈਂ ਰਿਕੁਐਸਟ ਆ ਹੂੰ ਚੱਲਦਾ ਚੱਲਦਾ ਵੀਡੀਓ ਬਣਾਉਂਦਾ ਮੈਨੂੰ ਧਿਆਨ ਆ ਪੜ ਗਿਆ ਮੈਂ ਵਿਕਾਸ ਕਾਣੀ ਥੋੜ੍ਹਾ ਹਾਂ ਮੈਂ ਇੱਕ ਵਾਰੀ ਆਪੇ ਵੀ ਦੇਖ ਲਿਆ ਮੈਂ ਵਿਕਾਸ ਹੋ ਰਿਹਾ ਮੈਂ ਤਾਂ ਬਾਈ ਜੋ ਰੁਕ ਕੇ ਮਾਰਿਆ ਕਰਦਾ ਨੂੰ ਕਰਦਾ ਨੂੰ ਕਰੂੰਗਾ ਮੈਂ ਨੂੰ ਕਰੂੰਗਾ ਬਾਈ ਕਰਦੀ ਕਿਵੇਂ ਜਮਾ ਬੇਕਲਖਾਨਾ ਕਰਾ ਕਟਵਾਣਾ ਕਰ ਰਿਕੁਐਸਟ ਆ ਰਹੂਗੀ ਪਹੁੰਚਾਣੇ ਦਾ ਕੰਮ ਕਰ ਦਿਓ ਜਿਤਨਾ ਉਸਕਾ ਸ਼ੇਅਰ ਵਾਲਾ ਬਟਨ ਹੈ ਲਾਈਕ ਵਾਲਾ ਵੀ ਹੈ ਲਾਈਕ ਵਾਲਾ ਤਾਂ ਤੁਸੀਂ ਦਾ ਵੀ ਉਹਨਾਂ ਦਾ ਵੀ ਉਸਕਾ ਦੌਰਾ ਪਹੁੰਚਾਈਏ ਜ਼ਰੂਰ ਬਾਕੀ ਦੇਖੇਗਾ ਉਹ ਦੇਖਾ ਜੇ ਮੇਰੇ ਭਾਈ ਦੇਖੀ ਰਹੀ ਟੁਆਣਾ ਗਾਣੀ ਜਮਾ ਫਤੂਰ।